ਅੱਜ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਪੰਜਾਬ ਚੋਣ ਕਮਿਸ਼ਨ ਨੇ। ਔਰ ਵੱਡੀ ਗੱਲ ਇਹ ਆ ਕਿ ਪਾਰਟੀ ਸਿੰਬਲ 'ਤੇ ਨਹੀਂ ਹੋਣਗੀਆਂ। ਇਹ ਬਹੁਤ ਅੱਛਾ ਫੈਸਲਾ, ਕਿਉਂਕਿ ਆਪਸ 'ਚ ਕੜਵਾਹਟ ਨਹੀਂ ਵਧਣੀ ਚਾਹੀਦੀ, ਕਿਉਂਕਿ ਪੇਂਡੂ ਵਿਕਾਸ ਔਰ ਕਿਸੇ ਵੀ ਸੂਬੇ ਦੇ ਵਿਕਾਸ ਦਾ ਆਧਾਰ ਇਹ ਪੰਚਾਇਤਾਂ ਹੀ ਹੁੰਦੀਆਂ ਨੇ, ਇੱਥੋਂ ਹੀ ਉਹ ਕੰਮ ਸ਼ੁਰੂ ਹੁੰਦਾ। ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਪਿੰਡਾਂ ਦਾ ਵਿਕਾਸ ਹੀ ਦੇਸ਼ ਦਾ ਵਿਕਾਸ ਆ, ਇਹ ਪਿੰਡਾਂ 'ਤੇ ਆਧਾਰਿਤ ਦੇਸ਼ ਆ ਭਾਰਤ। ਔਰ ਚੋਣਾਂ ਜਿਹੜੀਆਂ ਨੇ ਆਪਸੀ ਪ੍ਰੇਮ ਨਾਲ ਹੋਣ ਔਰ ਆਮ ਸਹਿਮਤੀ ਨਾਲ ਜ਼ਿਆਦਾ ਹੋਣ ਤਾਂ ਬਹੁਤ ਹੀ ਅੱਛਾ ਹੁੰਦਾ। ਅਤੇ ਮੇਰਾ ਖਿਆਲ ਆ ਵੀ ਸੂਬੇ ਦੇ ਸਾਰੇ ਪੰਜਾਬੀ ਜਿਹੜੇ ਨੇ, ਇਹ ਵਿਰਸਾ ਇਸ ਤਰ੍ਹਾਂ ਦਾ ਕਿ ਸਭ ਮਿਲ ਕੇ ਇਹ ਚੋਣਾਂ 'ਚ ਪਾਰਟੀਸਪੇਟ ਕਰਨਗੇ ਔਰ ਇੱਕ ਤਿਉਹਾਰ ਦੇ ਰੂਪ 'ਚ ਇਹਨੂੰ ਮਨਾਉਣਗੇ ਔਰ ਪੰਜਾਬ ਦੇ ਵਿਕਾਸ ਦਾ ਇਸ ਨੂੰ ਆਧਾਰ ਬਣਾਉਣਗੇ ਇਹਨਾਂ ਚੋਣਾਂ ਨੂੰ। ਇਹੀ ਮੇਰੀ ਕਾਮਨਾ, ਔਰ ਸਾਰੇ ਜਿਹੜੇ ਚੋਣਾਂ ਲੜਨਗੇ, ਜਿਹੜੇ ਜਿੱਤਣਗੇ, ਸਭ ਨੂੰ ਸ਼ੁਭ ਕਾਮਨਾ। Excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.